ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕ੍ਰਿਕਟਰਸ ਦੀਆਂ ਕ੍ਰਿਕਟ ਕਿੱਟਾਂ ਦੇ ਵਿੱਚੋਂ ਸ਼ਰਾਬ ਨਿਕਲੀ ਹੈ। ਜੀ ਹਾਂ, ਚੰਡੀਗੜ੍ਹ ਖੇਡਣ ਆਏ ਸੀ ਇਹ ਕ੍ਰਿਕਟਰ, ਇਹਨਾਂ ਦੀਆਂ ਕਿੱਟਾਂ ਦੇ ਵਿੱਚੋਂ ਏਅਰਪੋਰਟ 'ਤੇ ਸ਼ਰਾਬ ਨਿਕਲੀ ਹੈ। 27 ਬੋਤਲਾਂ ਸ਼ਰਾਬ ਦੀਆਂ ਅਤੇ 2 ਪੇਟੀਆਂ ਬੀਅਰ। ਜੀ ਹਾਂ, ਵਿਵਾਦਾਂ ਦੇ ਵਿੱਚ ਹੈ ਕ੍ਰਿਕਟ ਦੀ ਇਹ ਅੰਡਰ 23 ਦੀ ਟੀਮ। ਟੀਮ ਦੇ 5 ਖਿਡਾਰੀਆਂ ਦੀ ਕਿੱਟਾਂ 'ਚੋਂ ਇਹ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਨੇ, ਜਿਸ ਤੋਂ ਬਾਅਦ ਐਕਸ਼ਨ ਦੀ ਗੱਲ ਆਖੀ ਗਈ ਹੈ। ਚੰਡੀਗੜ੍ਹ ਏਅਰਪੋਰਟ 'ਤੇ ਕਿੱਟ ਦੇ ਨਾਲ ਸ਼ਰਾਬ ਮਿਲੀ ਹੈ ਕ੍ਰਿਕਟ ਮੈਚ ਖੇਡਣ। ਇਹ ਟੀਮ ਬਾਹਰੋਂ ਆਈ ਸੀ ਚੰਡੀਗੜ੍ਹ, ਵਾਪਸ ਜਾਣ ਵੇਲੇ ਜਦ ਇਹਨਾਂ ਦੀ ਚੈਕਿੰਗ ਹੁੰਦੀ ਹੈ, ਇਹਨਾਂ ਦੇ ਲੌਜਿਸਟਿਕ ਚੈਕਿੰਗ ਹੁੰਦੀ ਹੈ ਏਅਰਪੋਰਟ 'ਤੇ, ਤਾਂ ਉਸਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ, ਤਾਂ ਇਸ ਵੇਲੇ ਦੀ ਵੱਡੀ ਖਬਰ ਹੈ। ਵਿਵਾਦਾਂ ਦੇ ਵਿੱਚ ਆ ਗਈ ਆ ਗੁਜਰਾਤ ਦੀ ਸ਼ੋਰਾ ਸ਼ਟਰ ਅੰਡਰ 23 ਕ੍ਰਿਕਟ ਦੀ ਟੀਮ। ਜੀ ਹਾਂ, ਇਹਨਾਂ ਦੇ ਹੀ 5 ਖਿਡਾਰੀਆਂ ਦੀ ਕਿੱਟਾਂ 'ਚੋਂ 27 ਸ਼ਰਾਬ ਦੀਆਂ ਬੋਤਲਾਂ ਅਤੇ 2 ਪੇਟੀਆਂ ਬੀਅਰ ਦੀਆਂ ਬਰਾਮਦ ਹੋਈਆਂ ਨੇ। ਮਾਮਲੇ 'ਤੇ ਸ਼ੋਰਾ ਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਖਿਡਾਰੀਆਂ ਤੋਂ ਸ਼ਰਾਬ ਮਿਲਣਾ ਮੰਦਭਾਗਾ ਹੈ। ਮਾਮਲੇ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਾਂਚ ਜ਼ਰੂਰ ਕੀਤੀ ਜਾਵੇਗੀ ਅਤੇ ਗੰਭੀਰਤਾ ਦੇ ਨਾਲ ਇਸ ਮੁੱਦੇ 'ਤੇ ਕਾਰਵਾਈ ਵੀ ਕੀਤੀ ਜਾਵੇਗੀ। ਤਾਂ ਵੱਡੀ ਖਬਰ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਖਿਡਾਰੀਆਂ 'ਤੇ ਕੀ ਐਕਸ਼ਨ ਹੁੰਦਾ ਹੈ। ਸੌਰਾਸ਼ਟਰ ਦੀ ਅੰਡਰ 23 ਕ੍ਰਿਕਟ ਟੀਮ ਚੰਡੀਗੜ੍ਹ ਮੈਚ ਖੇਡਣ ਆਉਂਦੀ ਹੈ ਔਰ ਮੈਚ ਜਿੱਤ ਵੀ ਜਾਂਦੀ ਹੈ। 25 ਤਰੀਕ ਨੂੰ ਟੀਮ ਇੱਥੋਂ ਵਾਪਸ ਰਾਜਕੋਟ ਜਾਂਦੀ ਹੈ, ਲੇਕਿਨ ਜਿਹੜੀ ਟੀਮ ਦਾ ਸਮਾਨ ਹੈ ਸੌਰਾਸ਼ਟਰ ਟੀਮ ਦਾ, ਉਹ ਕਾਰਗੋ ਦੇ ਰਾਹੀਂ ਚੰਡੀਗੜ੍ਹ ਏਅਰਪੋਰਟ ਤੋਂ ਜਾਂਦਾ ਹੈ ਔਰ ਉਸ ਸਮਾਨ 'ਚ ਮਿਲਦੀ ਹੈ ਜੀ ਸ਼ਰਾਬ, ਔਰ ਉੱਥੋਂ ਹੀ ਵਿਵਾਦ ਸ਼ੁਰੂ ਹੁੰਦਾ। ਜੀ ਹਾਂ, BCCI ਦਾ ਟੂਰਨਾਮੈਂਟ ਖੇਡਣ ਆਉਂਦੀ ਹੈ ਟੀਮ ਔਰ ਟੀਮ ਦੀ ਕਿੱਟ ਵਿੱਚ ਜਿਹੜਾ ਸਮਾਨ ਸੀਗਾ ਉਹਦੇ ਵਿੱਚ ਬੀਅਰ ਦੀ ਪੇਟੀਆਂ 2 ਅਤੇ 27 ਬੋਤਲਾਂ ਦੱਸੀ ਜਾ ਰਹੀਆਂ ਸੀਗੀਆਂ ਉਸ ਨੂੰ ਲੈ ਕੇ। ਹਾਲਾਂਕਿ ਹੁਣ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਸਾਫ਼ ਕਰਤਾ ਕਿ ਜਾਂਚ ਹੋਏਗੀ, ਜਿਹੜਾ ਦੋਸ਼ੀ ਪਾਇਆ ਜਾਏਗਾ ਕਾਰਵਾਈ ਕੀਤੀ ਜਾਏਗੀ। ਸਾਡੇ ਨਾਲ UTCA ਦੇ ਸਚਿਵ ਨੇ ਦਵਿੰਦਰ ਸ਼ਰਮਾ, ਉਹ ਸਾਡੇ ਨਾਲ ਮੌਜੂਦ ਨੇ ਗੱਲ ਕਰਨ ਲਈ। ਦਵਿੰਦਰ ਜੀ, ਸਾਰਾ ਐਪੀਸੋਡ ਤੁਹਾਨੂੰ ਪਤਾ ਹੈ ਕਿ ਸੌਰਾਸ਼ਟਰ ਦੀ ਟੀਮ ਦਾ ਸਮਾਨ ਇੱਥੋਂ ਚੰਡੀਗੜ੍ਹ ਜਾ ਰਿਹਾ ਸੀ, ਉਸ ਸਮਾਨ ਵਿੱਚ ਕਾਰਗੋ ਵਿੱਚ ਜਦੋਂ ਸਕੈਨ 'ਚ ਮਿਲਿਆ ਕਿ ਸ਼ਰਾਬ ਵੀ ਮਿਲੀ ਹੈ। ਟੀਮ ਬਾਏ ਬੱਸ ਗਈ, ਸਮਾਨ ਕਾਰਗੋ 'ਚ ਗਿਆ, ਲੇਕਿਨ ਜਿਹੜਾ ਤੁਸੀਂ ਆਪਣਾ ਵੱਲੋਂ ਇੱਕ ਮੈਨੇਜਰ ਵੀ ਇੱਥੇ ਲਾਉਂਦੇ ਆ, ਹਰੇਕ ਜਿਹੜੀ ਟੀਮ ਆਉਂਦੀ ਹੈ ਵੀ ਉਹਨਾਂ ਨੂੰ ਕੋਈ ਲੋਜਿਸਟਿਕ ਸਪੋਰਟ ਹੈ, ਕਿਆ ਮੈਂ ਸਾਫ਼ ਪੁੱਛਦਾ ਕਿ ਕਿਆ ਤੁਹਾਡੇ ਮੈਨੇਜਰ ਨਾਲ ਗੱਲ ਹੋਈ ਹੈ ਕਿ ਕਿਆ ਉਹਨਾਂ ਤੋਂ ਸ਼ਰਾਬ ਪੁੱਛਿਆ ਗਿਆ ਸੀਗਾ ਸੌਰਾਸ਼ਟਰ ਦੀ ਟੀਮ ਦੇ ਪਲੇਅਰ ਨੇ ਵੀ ਕਿੱਥੋਂ ਸ਼ਰਾਬ ਲਈ, ਕਿਆ ਕੋਈ ਜਾਣਕਾਰੀ ਹੈ? ਇਹ ਸਾਡੇ ਜਿਹੜਾ ਲੋਕਲ ਲੋਜਿਸਟਿਕ ਮੈਨੇਜਰ ਅਸੀਂ ਲਗਾਉਂਦੇ ਹਾਂ ਜੀ, ਉਹਦਾ ਕੰਮ ਹੁੰਦਾ ਟੀਮ ਨੂੰ ਏਅਰਪੋਰਟ ਤੋਂ ਹੋਟਲ ਤੱਕ ਲਿਆਉਣਾ, ਹੋਟਲ ਤੋਂ ਰੋਜ਼ ਸਵੇਰੇ ਕ੍ਰਿਕਟ ਗਰਾਊਂਡ ਐਂਡ ਕ੍ਰਿਕਟ ਗਰਾਊਂਡ ਤੋਂ ਰੋਜ਼ ਸ਼ਾਮ ਨੂੰ ਵਾਪਸ। ਉਸ ਤੋਂ ਇਲਾਵਾ ਲੋਜਿਸਟਿਕ ਮੈਨੇਜਰ ਜੇ ਉਹਨਾਂ ਨੂੰ ਲੋਕਲ ਕੁਛ ਕਿਸੇ ਕੋਈ ਬਿਮਾਰ ਹੈ, ਕਿਸੇ ਨੂੰ ਹੋਸਪਿਟਲ ਲਿਜਾਣਾ ਹੈ, ਉਹਦੇ ਵਾਸਤੇ ਲੋਕਲ ਮੈਨੇਜਰ ਜਿਹੜਾ ਉਹਦੀ ਮਦਦ ਕਰਦਾ। ਐਂਡ ਉਸ ਤੋਂ ਬਾਅਦ ਨੋਰਮਲੀ ਜਿਹੜੀ ਟੀਮ ਹੁੰਦੀਆਂ ਨਾ ਜੀ, ਉਹ ਆਪਣਾ ਚੰਡੀਗੜ੍ਹ ਏਅਰਪੋਰਟ ਤੋਂ ਬੱਸ ਫੜਦੀਆਂ ਤਾਂ ਚਲੇ ਜਾਂਦੀਆਂ, ਉਸ 'ਚ ਸਾਡਾ ਲੋਕਲ ਮੈਨੇਜਰ ਜਿਹੜਾ ਉਹ ਨਾਲ ਜਾਂਦਾ ਏਅਰਪੋਰਟ ਤੱਕ ਛੱਡ ਕੇ ਆਉਂਦਾ ਉਹਨਾਂ ਨੂੰ। ਬਟ ਫੋਗ ਦੀ ਵਜ੍ਹਾ ਨਾਲ ਆਪਣਾ ਚੱਲ ਨਹੀਂ ਰਹੀਆਂ ਸੀ ਫਲਾਈਟਸ, ਤਾਂ ਇਹਨਾਂ ਨੇ ਆਪਣੀ ਜਿਹੜੀ ਵਾਪਸੀ ਦੀ ਫਲਾਈਟ ਸੀ ਦਿੱਲੀ ਤੋਂ ਬੁੱਕ ਕਰਾਈ ਸੀ, ਤਾਂ ਲੋਕਲ ਮੈਨੇਜਰ ਨੇ ਉਹਨੂੰ ਬੱਸ ਦਾ ਪਤਾ ਦੇ ਤਾ ਸੀ ਕਿ ਤੁਸੀਂ ਬੱਸ ਵਾਲੇ ਬੰਦੇ ਤੋਂ ਕਰ ਸਕਦੇ ਹੋ। ਉਹ ਟੀਮ ਬੱਸ 'ਚ ਗਈ ਹੈ ਪਰ ਇਹਨਾਂ ਦਾ ਸਮਾਨ ਕਾਰਗੋ 'ਚ ਗਿਆ, ਜਿਹੜਾ ਕਿ ਮੈਨੂੰ ਵੀ ਅੱਜ ਹੀ ਪਤਾ ਲੱਗਿਆ, ਹੈ ਨਾ। ਅਤੇ ਸ਼ਰਮਾ ਜੀ, ਇਹ ਕਿ ਕਈ ਵਾਰ ਲੋਕਲ ਜਿੱਦਾਂ ਸੌਰਾਸ਼ਟਰ ਦੇ ਖਿਲਾੜੀ ਆ, ਕਿਸੇ ਨੇ ਇਹ ਪੁੱਛਿਆ ਕਿ ਸਾਨੂੰ ਵਾਈਨ ਲੈਣੀ ਹੈ, ਜਾਂ ਕਿਉਂਕਿ ਚੰਡੀਗੜ੍ਹ ਤਾਂ ਚਲੋ ਸਾਰੀ ਜਗ੍ਹਾ ਵਾਈਨ ਹੈਗੇ ਨੇ, ਹੈ ਨਾ, ਠੇਕੇ ਹੈਗੇ ਨੇ, ਬੰਦਾ ਲੈ ਸਕਦਾ, ਕੋਈ ਇੱਦਾਂ ਦੀ ਗੱਲ ਤਾਂ ਨਹੀਂ ਹੋਈ? ਨਹੀਂ, ਮੈਂ ਲੋਕਲ ਮੈਨੇਜਰ ਨੂੰ ਪੁੱਛਿਆ ਜੀ, ਉਹ ਕਹਿੰਦਾ ਮੇਰੇ ਨਾਲ ਕੋਈ ਗੱਲ ਨਹੀਂ, ਨਾ ਹੀ ਮੈਨੂੰ ਕਿਸੇ ਨੇ ਪੁੱਛਿਆ ਕਿ ਵਾਈਨ ਲੈਣੀ ਹੈ ਕਿੱਥੋਂ ਮਿਲੇਗੀ, ਸਸਤੀ ਮਿਲੇਗੀ, ਮਹਿੰਗੀ ਮਿਲੇਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹਦੇ ਨਾਲ। ਆਪਣੇ ਲੈਵਲ ਤੋਂ ਉਹਨੇ ਪਰਚੇਸ ਕੋਈ ਕੀਤਾ? ਨੈਚੁਰਲੀ ਆਪਣੇ ਲੈਵਲ ਵਿੱਚ ਚੰਡੀਗੜ੍ਹ ਤਾਂ ਫ੍ਰੀਲੀ ਮਿਲਦੀ ਹੈ ਜੀ, ਤੁਹਾਨੂੰ ਪਤਾ ਹਰ ਸੈਕਟਰ 'ਚ ਹੀ ਇੱਥੇ ਵਾਈਨ ਸ਼ਾਪਸ ਹੈਗੀਆਂ।
ਬਹੁਤ ਬਹੁਤ ਸ਼ੁਕਰੀਆ ਦਵਿੰਦਰ ਜੀ, ਥੈਂਕ ਯੂ। ਮੈਂ ਸੀਗੇ UTCA ਦੇ ਸੈਕਟਰੀ ਨੇ ਦਵਿੰਦਰ ਸ਼ਰਮਾ, ਕਿਉਂਕਿ ਜਿਹੜਾ ਲੋਕਲ ਮੈਨੇਜਰ ਸੀ UTCA ਦਾ, ਉਹਨਾਂ ਕੋਲੋਂ ਵੀ ਇਹਨਾਂ ਨੇ ਪੁੱਛਿਆ ਕਿ ਕਿਆ ਕੋਈ ਪਲੇਅਰਾਂ ਨੇ ਕੋਈ ਵਾਈਨ ਲੈਣ ਦੀ ਗੱਲ ਕੀਤੀ ਹੋਏ, ਤਾਂ ਉਹਨਾਂ ਨੇ ਸਾਫ਼ ਦੱਸਿਆ ਕਿ ਲੋਜਿਸਟਿਕ ਦਾ ਕੰਮ ਉਹਨਾਂ ਦਾ ਕੰਮ ਸੀਗਾ, ਸਿਰਫ ਗਰਾਊਂਡ 'ਚ ਆਉਣਾ, ਬੱਸ ਤੱਕ ਲੈਣਾ, ਸਮਾਨ ਦੀ ਕਰਨ। ਲੇਕਿਨ ਜਿਹੜੀ ਸ਼ਰਾਬ ਦੀ ਗੱਲ ਹੈ, ਇਹ ਆਪਣੇ ਆਪ ਪਲੇਅਰਾਂ ਨੇ ਆਪਣੀ ਲੈਵਲ 'ਤੇ ਪਰਚੇਜ਼ ਕਿੱਥੋਂ ਕੀਤੀ ਹੈ, ਕਿਵੇਂ ਲੈ ਕੇ ਗਏ ਨੇ, ਇਹ ਹਾਲੇ ਵੀ ਜਾਂਚ ਦਾ ਵਿਸ਼ਾ। ਔਰ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਆਲਰੇਡੀ ਜਾਂਚ ਦੀ ਗੱਲ ਕਹਿ ਚੁੱਕਿਆ। ਵੀਡੀਓ ਜਰਨਲਿਸਟ ਸਰਨ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਚੰਡੀਗੜ੍ਹ।